ਕੰਮ ਕਰਨਾ ਹੈ ਜੀ। ਸ਼ੇਰ ਜਨਾਬ ਕਿ ਫਨ ਨਾਲ ਫਨਕਾਰ ਦਿੰਦਾ ਤੇ ਦੌਲਤ ਨਾਲ ਇਨਸਾਨ ਦਿੰਦਾ, ਫਨ ਨਾਲ ਫਨਕਾਰ ਦਿੰਦਾ ਤੇ ਦੌਲਤ ਨਾਲ ਇਨਸਾਨ ਦਿੰਦਾ ਤੇ ਦੁਨੀਆਂ ਤੇ ਖੁਸ਼ ਹੁੰਦੀ ਵੀ ਯਾਰੋ ਉਹ ਜੇ ਬੰਦਾ ਜਿਹਦੀ ਇਸ ਦੁਨੀਆਂ ਤੇ ਮਾਂ ਦਿੰਦਾ। ਲਓ ਜੀ ਜਿਹੜੇ ਤਾਲੀਆਂ ਨਹੀਂ ਨਾ ਮਾਰੇ ਮੈਨੂੰ ਪਤਾ ਲੱਗ ਰਿਹਾ ਇੱਥੇ ਯਾਰ ਮੰਜੀਆਂ ਦੋ ਰੱਖ ਲਓ ਮਗਰਲੇ ਪਾਸੇ ਤੇ ਆ ਜੀ ਬਿਸਮਿਲਲਾ। ਆ ਜੀ ਹੋਰ ਦੋਸਤ ਵੀ ਆ ਰਹੇ ਨੇ, ਜਾਨੀ ਸਾਹਿਬ ਆ ਜਾਓ, ਜਵੇਸ਼ ਸਿੰਘ ਸਾਹਿਬ ਆ ਜਾਓ, ਫਿਰ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ ਜਨਾਬ। ਮੈਨੂੰ ਪਤਾ ਹੈ ਤੁਸੀਂ ਉਹਨਾਂ ਦੇ ਵਜ਼ਨ ਹੋ, ਆ ਜਾਓ। ਲਓ ਜਨਾਬ ਤੁਹਾਡੀਆਂ ਇੰਨੀਆਂ ਕੁ ਤਾਲੀਆਂ ਹੋ ਜਾਣੀਆਂ ਨੇ ਚਾਹੀਦੀਆਂ ਨੇ ਕਿ ਫੰਕਾਰ ਆਪੇ ਬਾਹਰ ਆ ਜਾਣ, ਤੁਹਾਡੀ ਭਰਪੂਰ ਤਾਲੀਆਂ। ਮੈਂ ਆਪਣੇ ਪਹਿਲੇ ਫੰਕਾਰ ਨੂੰ ਪਾਵਾਂਗਾ ਜਨਾਬ, ਲੱਖ ਯਾਰ ਬਣਾਏ ਦੁਨੀਆਂ ਤੇ ਪਰ ਯਾਰ ਪਿਆਰਾ ਲੱਭਦਾ ਨਹੀਂ, ਲੱਖ ਯਾਰ ਬਣਾਏ ਦੁਨੀਆਂ ਤੇ ਪਰ ਯਾਰ ਪਿਆਰਾ ਲੱਭਦਾ ਨਹੀਂ, ਕਦੀ ਦਿਨ ਨੂੰ ਵੇਖੀ ਅਸਮਾਨ ਵੱਲੇ ਕਦੀ ਦਿਨ ਨੂੰ ਤਾਰਾ ਲੱਭਦਾ ਨਹੀਂ, ਤੇ ਜਿਹੜਾ ਫਸਿਆ ਹੋਵੇ ਡੂੰਘੇ ਪਾਣੀਆਂ 'ਚ ਉਹਨੂੰ ਕਦੀ ਵੀ ਕਿਨਾਰਾ ਲੱਭਦਾ ਨਹੀਂ, ਤੇ ਬੇਲੀ ਯਾਰ ਸੱਜਣ ਦੇ ਲੱਖ ਸਹਾਰਾ ਅੱਲਾ ਬਾਜ਼ ਸਹਾਰਾ ਲੱਭਦਾ ਨਹੀਂ। ਲਓ ਜੀ ਕਿਸਾਨ ਭਰਾਓ, ਮੇਰਾ ਨਾਂ ਹੈ ਚੌਧਰੀ ਜਮੀਲ ਅਤੇ ਮੈਂ ਕਿਸਾਨ। ਪਿਛਲੇ 2 ਸਾਲਾਂ ਤੋਂ ਮੈਂ ਆਪਣੀ ਮਕਈ ਦੀ ਫਸਲ ਦੇ ਉੱਤੇ ਆਮ ਦਾਣੇਦਾਰ ਜ਼ਹਿਰ ਦਾ ਛੱਟਾ ਲਾ ਰਿਹਾ ਸਾਂ, ਬਈ ਉਲਟਾ ਮੇਰਾ ਨੁਕਸਾਨ ਹੀ ਹੋਇਆ। ਉਹ ਤਾਂ ਅੱਲਾ ਜ਼ਿੰਦਗੀ ਕਰੇ ਨਾਲ ਦੇ ਪਿੰਡ ਚਾਚੇ ਮਾਝੇ ਦੀ, ਜਿਹਨੇ ਮੈਨੂੰ ਮਸ਼ਵਰਾ ਦਿੱਤਾ ਹੈ ਕਿ ਪੁੱਤਰ ਜਮੀਲ ਜੇ ਤੂੰ ਆਪਣੀ ਮਕਈ ਦੀ ਫਸਲ ਨੂੰ ਚੋਖੀ ਚਾਹੁੰਦਾ ਹੈ ਤਾਂ ਆਪਣੀ ਫਸਲ ਦੇ ਉੱਤੇ FMC ਦੇ ਫਿਓਰਾਡਾਨ ਦਾ ਇਸਤੇਮਾਲ ਕਰ। ਲਓ ਜੀ ਕਿਸਾਨ ਭਰਾਓ, ਮੈਂ ਉਹਦੇ ਮਸ਼ਵਰੇ 'ਤੇ ਕੀਤਾ ਅਮਲ ਅਤੇ ਮੈਂ ਆਪਣੀ ਮਕਈ ਦੀ ਫਸਲ ਦੇ ਉੱਤੇ FMC ਦੇ ਫਿਓਰਾਡਾਨ ਦਾ ਇਸਤੇਮਾਲ ਕੀਤਾ ਹੈ, ਅਤੇ ਅੱਜਾਂ ਦੀ ਰਹਿਮਤ ਹੈ ਕਿ ਮੇਰੀ ਪੈਦਾਵਾਰ ਵਿੱਚ ਵੀ ਇਜ਼ਾਫਾ ਹੈ ਅਤੇ ਮੇਰੀ ਫਸਲ ਠਾਠਾ ਮਾਰਦੀ ਪਈ। ਉਹ ਲੈ ਵੀ ਜਮੀਨ ਉਹ ਕਈ ਚੁੱਕ ਅਤੇ ਜਾ ਕੇ ਪਾਣੀ ਦਾ ਬੰਨਾ ਮੋਰ ਵੀ ਦੋਸਤਾ। ਜਮੀਲ ਦੇ ਮੈਂ ਘਰ ਗਿਆ ਤੇ ਪਤਾ ਲੱਗਾ ਜੀਲਾ ਡੇਰੇ ਦੇ ਆ, ਆ ਡੇਰੇ ਤੇ ਵੀ ਆਇਆ ਤੇ ਜੀਲਾ ਨਜ਼ਰ ਨਹੀਂ ਆਉਣ ਦਿਆ। ਆ ਜੀਲਿਆ ਉਹ ਕਿੱਥੇ ਮਾਰ ਗਿਆ ਤੂੰ, ਓਏ ਕੁੱਤੇ ਦੇ ਆ ਖੁਰਾ, ਉਹ ਕਿੱਥੇ ਆ ਤੂੰ ਓਏ 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 ਹੋਏ ਕੀ ਲਾਈ ਆ, ਕੀ ਹੋਏ ਹੋਏ ਲਾਈ ਆ, ਉਹ ਮੈਂ ਤੇਰਾ ਕੋਈ ਕਾਣਾ ਨਹੀਂ, ਚੌਧਰੀ ਹੋਏਗਾ ਤੇ ਘਰ ਹੋਏਗਾ। ਬੱਲੇ ਵੀ ਬੱਲੇ, ਅੱਜ ਜੰਮੀ ਗਿੱਦੜੀ ਤੇ ਕੱਲ ਹੋਇਆ ਵਿਆਹ, ਪਿਛਲੇ ਸਾਲ ਤੇਰੀ ਮਕਈ ਦੀ ਫਸਲ ਕੀ ਚੋਖੀ ਹੋਈ ਆ, ਆ ਤੂੰ ਬੋਲਣਾ ਚਾਲਣਾ ਹੀ ਭੁੱਲ ਗਿਆ। ਓਏ ਕੀ ਬੋਲਣਾ ਭੁੱਲ ਗਿਆ, ਤੂੰ ਤੇ ਹੈ ਹੀ ਬੇਵਕੂਫ ਬੰਦਾ। ਨਾ ਮੈਂ ਬੇਵਕੂਫ, ਮੈਂ ਸਾਬਣ ਨਾਲ ਰੋਟੀ ਖਾਣਾ। ਓਏ ਸਿਗਰ ਜੇਬ ਚ ਪਾਈ, 2 ਧੌਣ ਚ ਲਾਈਆਂ। ਆ ਕਿੰਨੇ ਕਿਹਾ, ਇਹ ਤੂੰ ਕਿਹਾ, ਆ ਜਿੰਨੇ ਕਿਹਾ ਹੋਵੇ ਉਹਦੀ ਖੱਬੀ ਲੱਤ ਚ ਫੈਰ ਵਜੇ, ਤੂੰ ਕਿਹਾ। ਉਹ ਜਾ ਚਲਾ, ਤੂੰ ਤੇ ਹੈ ਹੀ ਬੇਵਕੂਫ ਬੰਦਾ। ਉਹ ਕਿਸ ਤਰ੍ਹਾਂ, ਯਕੀਨ ਮੰਨੋ ਰੂੜੀ ਤੇ ਕੁੱਤਾ ਮਰਿਆ ਪਿਆ, ਇਹਨੇ ਉਹਦੀ ਬੋਹ ਨਾਲ ਨੱਕ ਤੇ ਹੱਥ ਰੱਖ ਲਿਆ, ਕੁੱਤਾ ਉੱਠ ਕੇ ਬਹਿ ਗਿਆ, ਕਹਿੰਦਾ ਮਾਮਾ ਤੇਰੀ ਬੋਹ ਨਾਲ ਤਾਂ ਮੈਂ ਮਰਿਆ। ਆ ਕਿਹਨੇ ਕਿਹਾ, ਇਹ ਵੀ ਤੂੰ ਕਿਹਾ, ਆ ਜਿਹਨੇ ਕਿਹਾ ਹੋਵੇ ਉਹਦਾ ਵਿਆਹ ਖੁਸਰੇ ਨਾਲ ਹੋਵੇ, ਤੂੰ ਕਿਹਾ। ਤੋਬਾ, ਐਡਾ ਬੇਵਕੂਫ ਬੰਦਾ, ਬਾਥਰੂਮ ਗਿਆ ਸਾਹਮਣੇ ਦੀਵਾਰ ਤੇ ਲਿਖਿਆ ਜ਼ੋਰ ਲਗਾਏ, ਜ਼ੋਰ ਲਾ ਕੇ ਉਹਨਾਂ ਦੀ ਟੂਟੀ ਪੁੱਟ ਲਿਆ। ਆ ਕਿਹਨੇ ਕਿਹਾ, ਇਹ ਵੀ ਤੂੰ ਕਿਹਾ, ਆ ਜਿਹਨੇ ਕਿਹਾ ਹੋਵੇ ਉਹਦੇ ਪਿਓ ਦੀਆਂ ਲਗਾਂ ਚ ਪੱਪਾ ਚੌਲ ਅੜ ਜਾਣ, ਤੂੰ ਕਿਹਾ। ਆ ਵੀ ਐਡਾ ਬੇਵਕੂਫ ਹੈ, ਬਾਥਰੂਮ ਚ ਵੜਿਆ, ਅੱਗੇ ਲਿਖਿਆ ਸੀ ਪਾਣੀ ਜ਼ਿਆਦਾ ਇਸਤੇਮਾਲ ਕਰੇ, ਬੈਠਾ ਬੈਠਾ 9 ਲੋਟੇ ਪੀ ਗਿਆ। ਆਪ ਕੀ ਕੀਤਾ ਤੂੰ, ਆਪ ਇਹਨੇ ਜਨਾਜ਼ੇ ਨੂੰ ਮੋਢਾ ਦਿੱਤਾ, ਉਹਨਾਂ ਨੇ ਕਿਹਾ ਕਲਮਾ ਸ਼ਹਾਦਤ, ਇਹ ਪਿੱਛੇ ਖਲੋਤਾ ਕਹੀ ਜਾ ਰਿਹਾ ਜ਼ਿੰਦਾਬਾਦ।
ਬਈ ਸਹੀ ਗੱਲ ਹੈ, ਜਨਾਜ਼ਾ ਨਾਜ਼ਮ ਦਾ ਸੀਗਾ, ਅਗਲਾ ਜਿੱਤ ਕੇ ਮਰਿਆ। ਆਪ ਹੀ ਇਹਨੇ ਜਨਾਜ਼ੇ ਨੂੰ ਮੋਢਾ ਦਿੱਤਾ ਤੇ ਕਬਰਸਤਾਨ ਜਾ ਰਹੇ ਨੇ। ਅੱਗੋ ਇੱਕ ਜਨਾਜ਼ਾ ਹੋਰ ਆ ਰਿਹਾ ਤੇ ਉਹਨਾਂ ਨੂੰ ਖਲੋ ਕੇ ਕਹਿੰਦਾ ਵਟਾਉਣਾ ਜੇ ਬੰਦੇ ਤੇ। ਆਪ ਕੀ ਕੀਤਾ ਤੂੰ? ਆਪ ਆਪਣੇ ਘਰ ਸੁੱਤਾ ਪਿਆ, ਢਿੱਡ ਤੇ ਜਲੇਬੀਆਂ ਰੱਖ ਕੇ ਤੂੰ ਰੋਲਾ ਪਾਤਾ। ਉਹ ਲੋਕੋ ਮੇਰੀਆਂ ਆਂਦਰਾਂ ਬਾਹਰ ਆ ਗਈਆਂ। ਆਪ ਏਡਾ ਬੇਵਕੂਫ ਡਾਇਵੋ ਚ ਸਫ਼ਰ ਕਰ ਰਿਹਾ, ਡਾਇਵੋ ਚ ਇਹਨੂੰ ਵਾਸ਼ਰੂਮ ਆ ਗਿਆ ਨੇ, ਰੌਲਾ ਪਾਤਾ। ਉਹ ਡਰਾਈਵਰ ਰੋਕੋ, ਉਹ ਡਰਾਈਵਰ ਰੋਕੋ, ਉਹ ਡਰਾਈਵਰ ਰੋਕੋ, ਡਰਾਈਵਰ ਰੋਕੋ, ਡਰਾਈਵਰ ਰੋਕੋ। ਕਹਿੰਦਾ ਇਹ ਡਾਇਵੋ ਹੈ, ਇਹ ਨਹੀਂ ਰੁਕਦੀ। ਆਪ ਸੀਟ ਤੇ ਬਹਿ ਗਿਆ, ਕਹਿੰਦਾ ਇਹ ਵੀ ਡਾਇਵੋ, ਇਹ ਵੀ ਨਹੀਂ ਰੁਕਦੀ। ਜਾ ਚਲਾ ਜਾ, ਜਾ ਚਲਾ ਜਾ, ਮੈਂ ਤੇਰੇ ਮੱਥੇ ਨਹੀਂ ਲੱਗਣਾ ਚਾਹੁੰਦਾ। ਤੂੰ ਤੇ ਮੈਨੂੰ ਅਦਾਲਤਾਂ ਦੇ ਵਿੱਚ ਪਹੁੰਚਾਤਾ, ਅਜੇ ਕੱਲ ਹੀ ਮੈਨੂੰ ਅਦਾਲਤ ਦੇ ਵਿੱਚੋਂ ਨੋਟਿਸ ਆਇਆ। ਆ ਬੱਲੋ, ਤੈਨੂੰ ਨੋਟਿਸ ਅਜੇ ਹੋਰ ਆਉਣੇ ਆ। ਆ ਰਾਮ ਤਲਬੀ ਨਾਲ ਚੋਰੀ ਮੰਨ ਜਾਵੇ ਤੇ ਚੰਗੀ ਗੱਲ ਆ। ਆ ਪਿਛਲੇ ਸਾਲ ਮੈਂ ਆਪਣੇ ਗੋਦਾਮ ਦੇ ਵਿੱਚ FMC ਫਿਓਰਾਡਾਮ ਦੇ 500 ਪੈਕਟ ਸਟਾਕ ਕੀਤੇ ਸਨ। ਆ ਜਿਹਦੇ ਵਿੱਚੋਂ 100 ਪੈਕਟ ਚੋਰੀ ਹੋ ਗਿਆ ਤੇ ਮੈਨੂੰ ਦੱਸਣ ਵਾਲੇ ਖਾਸ ਬੰਦੇ ਨੇ ਦੱਸਿਆ ਇਹ ਪੈਕਟ ਤੂੰ ਚੋਰੀ ਕੀਤੇ ਆ। ਆ ਰਾਮ ਤਲਬੀ ਨਾਲ ਮੰਨ ਜਾਵੇ ਤੇ ਚੰਗੀ ਗੱਲ ਆ, ਨਹੀਂ ਤੇ ਮੈਂ ਅਦਾਲਤਾਂ 'ਚੋਂ ਦਰਖਾਸਤ ਨਹੀਂ ਚੁੱਕਣੀ। ਉਹ ਕਿੰਨੇ ਕੀਤੀ ਆ ਚੋਰੀ? ਚੋਰੀ ਕੀਤੀ ਆ? ਮੈਂ ਤੇ ਚੋਰਾਂ ਨੂੰ ਚਾਹ ਪੁੱਛ ਕੇ ਨਹੀਂ ਰਾਜ਼ੀ, ਚੋਰੀ ਕੀਤੀ ਆ। ਮੈਂ ਤੇ ਆਇਆ ਸੀ ਕਿ ਰਾਮ ਤਲਬੀ ਨਾਲ ਮੰਨ ਜਾਏਗਾ, ਪਰ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਘਿਓ ਸਿੱਧੀ ਉਂਗਲ ਨਾਲ ਨਹੀਂ ਨਿਕਲਣਾ। ਇਹ ਬੱਲੋ, ਤੈਨੂੰ ਕੱਲ ਅਦਾਲਤ ਤੇ ਪਤਾ ਲੱਗੂ ਅੱਜ ਜਦੋਂ ਗਵਾਹੀ ਤੇਰੇ ਮੂੰਹ ਤੇ ਆਈ। ਓਏ ਉਂਗਲ ਟੇਢੀ ਕਰ, ਭਾਵਾਂ ਚੱਪਾ ਟੇਢਾ ਕਰ ਲਾ, ਜਦੋਂ ਮੈਂ ਚੋਰੀ ਕੀਤੀ ਨਹੀਂ ਤੇ ਮੈਂ ਮੰਨਾਂ ਕਿਉਂ? ਨਾਲੇ ਜਿਸ ਬੰਦੇ ਨੇ ਤੈਨੂੰ ਕਿਹਾ ਉਹਨੂੰ ਮੇਰੇ ਮੂੰਹ ਤੇ ਲੈ ਕੇ ਆ। ਅਗਰ ਮੇਰੀ ਚੋਰੀ ਹੋ ਗਈ ਸਾਬਤ, ਮੈਂ ਤੈਨੂੰ 100 ਪੈਕਟ ਕੀ 200 ਪੈਕਟ ਦੇਵਾਂਗਾ। ਓਏ ਇੰਨੀ ਜੋਗਾ ਕਿੱਥੋਂ ਹੋਇਆ ਤੂੰ? ਦਾਣੇ ਮੁਰਲੀ ਦੇ ਨਹੀਂ ਹੱਥ ਘੁੱਗੂ ਨੂੰ ਪਾਉਣਾ। ਚੌਧਰੀ ਸੁਲਤਾਨ ਨੇ ਆਪਣੇ ਗੋਦਾਮ ਵਿੱਚ FMC ਕੰਪਨੀ ਦਾ ਹਿਊਰਾਡਾਨ ਦਾਣੇਦਾਰ ਜ਼ਹਿਰ ਦੇ 500 ਪੈਕਟ ਸਟਾਕ ਕੀਤੇ ਸਨ, ਜਿਨ੍ਹਾਂ ਵਿੱਚੋਂ 100 ਪੈਕਟ ਹਿਊਰਾਡਾਨ ਦੇ ਚੋਰੀ ਹੋ ਗਏ ਤੇ ਚੌਧਰੀ ਸੁਲਤਾਨ ਨੇ ਆਪਣੇ ਮਜ਼ਾਰਿਆਂ ਨੂੰ ਪੁੱਛਿਆ ਕਿ ਚੋਰ ਦਾ ਪਤਾ ਨਹੀਂ ਲੱਗਾ। ਆਖਰ ਪਿਛਲੇ ਹਫ਼ਤੇ ਕਿਸੇ ਖਾਸ ਬੰਦੇ ਨੇ ਦੱਸਿਆ ਚੌਧਰੀ ਸੁਲਤਾਨ ਤੇਰੇ ਫਿਰਾ ਡਾਮ ਦੇ ਪੈਕਟ ਜ਼ਮੀਨ ਨੇ ਚੋਰੀ ਕੀਤੇ ਨੇ। ਸੁਲਤਾਨ ਨੇ 4 ਬੰਦੇ ਪਿੰਡ ਦੇ ਇਕੱਠੇ ਕਰਕੇ ਤੇ ਮੁਨਸਬਾ ਨੂੰ ਬਿਠਾਇਆ ਤੇ ਉਹਨਾਂ ਨੇ ਜ਼ਮੀਨ ਨੂੰ ਪੰਚਾਇਤ ਦੇ ਵਿੱਚ ਬੁਲਾ ਕੇ ਤੇ ਜ਼ਮੀਨ ਨਾਲ ਸੁਲਤਾਨ ਦੇ ਪੈਕਟ ਚੋਰੀ ਹੋਣ ਦੀ ਗੱਲ ਕੀਤੀ ਤੇ ਜ਼ਮੀਨ ਨੇ ਚੋਰੀ ਤਸਲੀਮ ਨਾ ਕੀਤੀ। ਸੁਲਤਾਨ ਤੇ ਜ਼ਮੀਨ ਦਾ ਝਗੜਾ ਮੁਨਸਬਾ ਦੇ ਵੱਸੋਂ ਬਾਹਰ ਹੋ ਗਿਆ। ਆਖਰ ਇਹ ਜ਼ਮੀਨ ਤੇ ਸੁਲਤਾਨ ਦਾ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਅੱਜ ਜ਼ਮੀਨ ਤੇ ਸੁਲਤਾਨ ਦੀ ਅਦਾਲਤ ਵਿੱਚ ਪੇਸ਼ੀ ਦੇ ਵੇਖਦੇ ਹਾਂ ਜੱਜ ਸਾਹਿਬ ਕਿਹਦੇ ਹੱਕ ਵਿੱਚ ਫੈਸਲਾ ਕਰਦੇ ਨੇ। ਜ਼ਮੀਨ ਵੰਗ ਬੂਟਾ ਹਾਜ਼ਰ ਹੋ, ਸੁਲਤਾਨ ਵੰਗ ਅਸ਼ਰਫ ਹਾਜ਼ਰ ਹੋ। ਉਹ ਕੂੜ ਕੂੜ ਕੇ ਕੀ ਵੇਖ ਰਿਹਾ? ਇਹ ਨਾ ਹੋਵੇ ਮੈਂ ਤੈਨੂੰ ਇੱਥੇ ਹੀ ਲੰਮਿਆਂ ਪਾ ਲਵਾਂ। ਆ ਲੰਮਿਆਂ ਪਾਲੇਗਾ ਪਿਓ ਤੇਰਾ ਮਾਲਸ਼ੀਆ ਹੈ। ਮੈਂ ਤੈਨੂੰ ਆਨਾ ਜਾਂਦੀ ਗ੍ਰਾਹਕ ਦੇ, ਉਹ ਨਾ ਹੋਵੇ ਮੈਂ ਤੇਰੇ ਲੱਕ ਚ ਹੂਰੇ ਫੇਰਨਾ ਸ਼ੁਰੂ ਕਰ ਦਿਆ। ਸ਼ੁਕਰ ਕਰ ਮੇਰੇ ਹੱਥ ਵਿੱਚ ਗੰਡਾਸਾ ਨਹੀਂ ਹੈਗਾ, ਨਹੀਂ ਤੇ ਮੈਂ ਤੇਰੀ ਧੌਣ ਇੱਥੇ ਹੀ ਲਾ ਦੇਣੀ ਸੀ। ਮੈਂ ਤੇਰੀ ਧੌਣ ਵੱਢ ਕੇ ਵਿੱਚ ਦਾਣੇ ਭਰ ਦੇਣੇ ਆ। ਓਏ ਤੂੰ ਮੈਨੂੰ ਜਾਣਦਾ ਨਹੀਂ, ਅਸੀਂ ਗੈਰ ਦੇ ਪਿੱਛੇ ਲੱਤਾਂ ਵੱਢ ਦਿੰਦੇ ਹੁੰਦੇ ਆ। ਆ ਨਹੀਂ ਯਕੀਨ ਤੇ ਘਰ ਜਾ ਕੇ ਵੇਖ ਮੇਰੇ ਪਿਓ ਦੀਆਂ ਵੱਡੀਆਂ। ਆ ਜਾ ਜਾ ਕੇ ਕੰਮ ਕਰ। ਓਏ ਤੂੰ ਵੇਹਣਾ ਕਿਵੇਂ ਆ, ਜਿਵੇਂ ਧੁੰਦ 'ਚ ਕੁੱਤਾ ਵੇਖਦਾ ਹੈ। ਜਾ ਕੰਮ ਕਰ ਜਾ ਕੇ, ਜਾ ਵੇਲਾ ਫਿਰੋ ਜਾ ਕੇ ਵੇਖਦਾ ਕਿਵੇਂ ਹੈ ਵੇਖਦਾ।